ਖਾਲਸਾ ਜੀ, ਜਦੋਂ ਇੰਦਰਾ ਗਾਂਧੀ ਨੂੰ ਕੀਤੀ ਦਾ ਫਲ ਭੁਗਤਾਇਆ ਤੇ ਉਸ ਦੇ ਕਰਿੰਦਿਆਂ ਨੇ ਸਾਰੇ ਸਿੱਖਾਂ ਨੂੰ ਦਿੱਲੀ ਵਿੱਚ ਅਤੇ ਹੋਰ ਸੂਬਿਆਂ ਵਿੱਚ ਨਿਸ਼ਾਨਾ ਬਣਾ ਕੇ ਕਤਲ ਕਰਨਾ ਆਰੰਭ ਕੀਤਾ। ਪੁਲਿਸ ਵਾਲਿਆਂ ਨੇ ਕਿਸੇ ਨੂੰ ਵੀ ਡੱਕਿਆ ਨਾ। ਸਿੱਖਾਂ ਉੱਤੇ ਬਹੁਤ ਜ਼ੁਲਮ ਹੋਇਆ। ਇਸ ਜ਼ੁਲਮ ਦਾ ਬਦਲਾ ਲੈਣ ਲਈ ਜ਼ਿੰਮੇਵਾਰਾਂ ਨੂੰ ਸਜ਼ਾ ਚਖਾਉਣ ਵਾਸਤੇ ਸਤਿਗੁਰੂ ਕੇ ਪਿਆਰੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਉਹਨਾਂ ਨੇ ਮਨ ਵਿੱਚ ਧਾਰ ਕੇ ਸਿੱਖੀ ਦਾ ਪਿਆਰ, ਸਿੱਖੀ ਦੀ ਅਣਖ ਬਰਕਰਾਰ ਰੱਖਣ ਲਈ ਸਿੱਖੀ ਦੇ ਜ਼ਾਲਮਾਂ ਨੂੰ ਜਿਵੇਂ ਸਜ਼ਾ ਦੇ ਕੇ ਅਤੇ ਅੰਤ ਗ੍ਰਿਫਤਾਰ ਹੋਣ ਤੇ ਫਾਂਸੀ ਦੀ ਸਜ਼ਾ ਸੁਣ ਕੇ ਗੁਰੂ ਕੇ ਪਿਆਰਿਆਂ ਨੇ ਹੱਸ ਹੱਸ ਕੇ ਕੁਰਬਾਨੀਆਂ ਕੀਤੀਆਂ ਤੇ ਆਪਣੇ ਦਿਲ ਦਾ ਕੌਮ ਵਾਸਤੇ ਕੌਮੀ ਵੀਰਾਂ ਨੇ ਜੋ ਸੁਨੇਹਾ ਦਿੱਤਾ ਆਪ ਜੀ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ।
two Sikhs on suspicion of being involved in the assassination earlier this month of the former Army Chief of Staff, General Vaidya, who commanded the storming of the Golden Temple in Amritsar. General Vaidya was shot dead while travelling in his car near Bombay.